हाँ जी मास्टर कैडर वाले खास करके पंजाबी सब्जेक्ट स्क्रीन अपनी मोबाइल की फुल कर लो जी क्योंकि वीडियो प्रॉपर थोड़े रूल्स कट ऑफ सब कुछ आ चुके जी। देखो जी इन्होंने बुलाया थोड़ा कड़ी कड़ी डेट में बुलाया ये वीडियो रोक के पढ़ लियो काफ़ी लंबा है सवेरे 9 तो शाम 3 बजे तक ठीक है। सक्रूटनी थोड़ी चलेगी दस्तावेजा की वही जो हिंदी दे आया सके ना वही सेम रूल्स हैं तो हूँ आप सीधी थोड़ी बिना देर लाए कट ऑफ की गल करते हैं जी। हर एक कैटेगरी से कट ऑफ आ चुकी है स्क्रीन फुल कर लो मोबाइल की यूट्यूब तो वीड्डी स्क्रीन कर लो ताकि थोड़ा प्रॉपर दिखाई दे। ओपन की 147 कट ऑफ गई है जी 18 अक्तूबर में बुलाया गया सक्रूटनी लई। बीसी की 136 गई है 18 अक्तूबर। फिजिकल ऑर्थो 130 गई है 18 अक्तूबर। उसके अंडर है जी 100 गई है 18 अक्तूबर। हेयरिंग वाले भी ऑल 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 आओ जी। हूँ एससी कैटेगरी भाईचारा मजहबी वाले की 132 19 अक्तूबर। एससी रामदास एंड अदरस 136 19 अक्तूबर। जनरल ईएसएम ऑल देखो तरीका 19 अक्तूबर। लैफ्ट साइड सीरीज फिर थोड़ी कैटागरी फिर किन्ने किन्ने मार्क्स ने देखो आल 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 है एससी मजहबी ईएसएम एंड आर एंड ओ ईएसएम है देखो ऑल 121 वगैरह 19 19 लिखे हुए थे। उस तो बाद बीसी ईएसएम 103 19 अक्तूबर। जनरल स्पोर्ट्स ऑल उस तो बाद आल 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 सारिया देखो कैटागरियाँ स्क्रीन पर देखी जाओ 19 अक्तूबर 19 अक्तूबर चली जा रहा है। ਇਹ ਕੋਈ ਹੈ ਜੀ ਮਾਸਟਰ ਕੈਡਰ ਪੰਜਾਬੀ ਜੇਲ ਡਿਪਾਰਟਮੈਂਟ ਕੁਛ ਲਿਖਿਆ ਇੱਦਾਂ ਦਾ 4 ਪੋਸਟਾਂ 138 ਕਟ ਆਫ 18 ਅਕਤੂਬਰ। ਬਾਕੀ ਦੇਖੋ ਜੀ ਰੂਲਸ ਉਹੀ ਜੋ ਹਿੰਦੀ ਸਬਜੈਕਟ ਵਾਲਿਆਂ ਦੇ ਆਏ ਸੀ ਕਿ ਸੇਮ ਕਾਪੀ ਮਾਰਿਆ ਹੋਇਆ ਇਹਨਾਂ ਨੇ ਉਹੀ ਰੂਲ ਹੈ ਜੀ ਕੋਈ ਫਰਕ ਨਹੀਂ ਹੈਗਾ। ਧਿਆਨ ਨਾਲ ਵੈਬਸਾਈਟ ਤੋਂ ਡਾਊਨਲੋਡ ਕਰਨਾ ਹੈ ਠੀਕ ਹੈ। ਇੱਕ ਫਾਰਮ ਹੈ ਰਨਿੰਗ PDF ਤਿਆਰ ਕਰਵਾਉਣੀ ਹੈ ਮਾਰਕੀਟ ਤੋਂ ਕੰਪਿਊਟਰ ਵਾਲੀ ਸ਼ੋਪ ਤੋਂ ਤਿਆਰ ਕਰਵਾ ਲਿਓ ਅਤੇ ਈਮੇਲ ਦਿੱਸੀ ਹੋਈ ਹੈ ਉਸ ਈਮੇਲ ਦੇ ਉੱਤੇ ਤੁਸੀਂ ਆਪਣਾ ਉਹਨਾਂ ਨੂੰ ਇੱਕ ਮੇਲ ਕਰਨੀ ਹੈ। 10 ਦਾ ਸਰਟੀਫਿਕੇਟ ਹੈ ਇਹ ਧਿਆਨ ਰੱਖੋ ਕਿਹੜਾ ਕਿਹੜਾ ਚਾਹੀਦਾ ਹੈ BA ਫਸਟ ਈਅਰ ਸੈਕਿੰਡ ਥਰਡ ਈਅਰ DMC ਅਲੱਗ ਤੋਂ ਡਿਗਰੀਆਂ ਅਲੱਗ ਤੋਂ ਠੀਕ ਹੈ। BA ਦੀ DMC ਅਲੱਗ ਤੋਂ ਡਿਗਰੀ ਅਲੱਗ ਤੋਂ ਕੈਟਾਗਰੀ ਨਾਲ ਸੰਬੰਧਿਤ ਕਿਹੜੀ ਤੁਹਾਡਾ ਹੈਗਾ ਸਰਟੀਫਿਕੇਟ ਡੋਮੈਸਾਈਲ ਹੋ ਗਿਆ ਇਨਕਮ ਤੁਹਾਡੀ ਠੀਕ ਹੈ ਉਹ ਵਾਲਾ ਸਰਟੀਫਿਕੇਟ ਹੋ ਗਿਆ ਜਿਨ੍ਹਾਂ ਨੇ ਇਹ ਵਾਲੀ ਕੈਟਾਗਰੀ ਭਰੀ ਹੈ ਔਰ ਬਾਕੀ ਵਿੱਦਿਅਕ ਯੋਗਤਾ ਸਵੈ ਘੋਸ਼ਣਾ ਤਸਦੀਕੀ ਪੱਤਰ ਸਭ ਕੁਛ ਠੀਕ ਹੈ। ਉਹ PDF ਉੱਪਰ ਸਾਈਬਰ ਉਸ ਤੋਂ ਕੈਫੇ ਤੋਂ ਜਾਂ ਕੰਪਿਊਟਰ ਵਾਲੇ ਤੋਂ ਬਣਵਾ ਲਿਓ ਜਾਂ ਤੁਹਾਡਾ ਕੋਈ ਯਾਰ ਦੋਸਤ ਹੈਗਾ ਜਿਹਨੂੰ ਕੰਪਿਊਟਰ ਦੀ ਬਹੁਤ ਨੌਲੇਜ ਹੈ ਉਹ ਤੋਂ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ। ਬਾਕੀ ਅਸਲੀ ਸਰਟੀਫਿਕੇਟ ਲੈ ਕੇ ਆਇਓ ਆਪਣੇ ਨਾਲ ਫੋਟੋਕਾਪੀਆਂ ਦਾ ਇੱਕ ਸੈੱਟ ਸਾਰਿਆਂ ਦਾ ਐਜੂਕੇਸ਼ਨ ਸਰਟੀਫਿਕੇਟ ਦਾ ਪਾਸਪੋਰਟ ਸਾਈਜ਼ ਦੀਆਂ 4 ਫੋਟੋਆਂ ਤੁਸੀਂ 5-7 ਲੈ ਜਿਓ। ਆਨਲਾਈਨ ਅਪਲਾਈ ਕਰਨ ਦਾ ਫਾਰਮ ਤੁਸੀਂ ਡਾਊਨਲੋਡ ਕੀਤਾ ਹੀ ਹੋਣਾ ਜੇ ਮੈਂ ID ਪਾਸਵਰਡ ਸ਼ੁਰੂ ਤੋਂ ਤੁਹਾਨੂੰ ਸਭ ਕੁਝ ਯਾਦ ਹੋਣਾ ਉਹ ਲੈ ਜਿਓ ਅਤੇ ਬਾਕੀ ਤਸਦੀਕੀ ਫੋਟੋਕਾਪੀਆਂ ਠੀਕ ਹੈ ਖੁਦ ਹੀ ਕਰਨੀਆਂ ਔਰ ਨਿੱਜੀ ਪੱਧਰ 'ਤੇ ਹਾਜ਼ਰ ਹੋਣਾ ਯਕੀਨੀ ਬਣਾਉਣੀ ਅਟੈਂਡੈਂਸ ਤੁਹਾਡੀ ਠੀਕ ਹੈ। ਘਰ ਦੇ ਬਾਹਰ ਖੜ੍ਹੇ ਰਹਿਣਗੇ ਫਰੈਂਡ ਸਰਕਲ ਵਗੈਰਾ ਪਰ ਤੁਸੀਂ ਬਿਲਡਿੰਗ 'ਚ ਇਕੱਲੇ ਜਾਣਾ ਅੰਦਰ। ਅਗਰ ਤੁਸੀਂ ਇੰਟਰਵਿਊ ਵਗੈਰਾ ਇਹ ਮਤਲਬ ਜੁਆਇਨ ਕਰਦੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਹੱਕ ਨਿਯੁਕਤੀ 'ਤੇ ਹੋ ਗਿਆ ਠੀਕ ਹੈ। ਸਾਫ਼ ਸਾਫ਼ ਲਿਖਿਆ ਹੋਇਆ ਸਾਰੇ ਸਰਟੀਫਿਕੇਟ ਚੈੱਕ ਕਰੇ ਜਾਣਗੇ ਕੋਈ ਵੀ ਸਰਟੀਫਿਕੇਟ ਦੂਰ ਆਇਆ ਉਸ ਸਮੇਂ ਤੁਹਾਡੀ ਪਾਤਰਤਾ ਰੱਦ ਠੀਕ ਹੈ ਜੀ। SS ਬੋਰਡ ਕਲਰਕ ਵਾਂਗ ਨਹੀਂ ਹੈ ਕਿ ਬੁਲਾਈ ਜਾਣਗੇ ਬਾਰ ਬਾਰ ਠੀਕ ਹੈ ਨਾ ਇੱਦਾਂ ਦੀ ਕੋਈ ਗੱਲ ਨਹੀਂ ਹੈ। ਅਗਰ ਕੋਈ ਜਾਅਲੀ ਸਰਟੀਫਿਕੇਟ ਦਿੱਤਾ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ FIR ਮੌਕੇ 'ਤੇ ਗਿਆ ਤੁਹਾਡਾ ਕਰੀਅਰ ਫਿਰ ਪੁਲਿਸ ਚੱਕ ਕੇ ਲੈ ਜੂਗੀ ਔਰ ਨੈਕਸਟ ਹੈਗਾ COVID-19 ਰੂਲਸ ਵਗੈਰਾ ਸੇਮ ਹੈ ਜੀ ਜੋ ਪਰਸੋਂ ਆਪਾਂ ਆਪਣੇ ਚੈਨਲ ਤੋਂ ਪਾਏ ਸੀਗੇ ਹਿੰਦੀ ਵਾਲਿਆਂ ਦੇ ਲਈ ਉਹ ਟੋਟਲੀ। ਬਾਕੀ ਇੱਕ ਲਾਸਟ ਲਿਖਿਆ ਓਪਨ ਕੈਟਾਗਰੀ 'ਚ ਅਗਰ 139 ਤੋਂ ਵੱਧ ਹੈ ਕਿਸੇ ਦੇ ਉਹ ਵੀ ਫਲਾਣੀ ਫਲਾਣੀ ਡੇਟ ਨੂੰ ਆ ਜਾਣ ਅਤੇ ਹੁਣ ਤੁਸੀਂ ਆਪਣੇ ਆਹ ਦੇਖ ਲਓ ਇੱਕ ਵਾਰ ਫਿਰ ਕੱਟ ਆਫ ਅਤੇ ਇਸੇ ਦੇ ਨਾਲ ਤੁਹਾਡੇ ਤੋਂ ਲੈਂਦੇ ਹਾਂ ਵਿਦਾ। SS ਬੋਰਡ ਕਲਰਕ ਮਾਸਟਰ ਕੈਡਰ ਵਾਲੇ ਪੰਜਾਬ ਪੁਲਿਸ ਵਾਲੇ ਬੈਂਕਿੰਗ ਲਾਈਨ ਅਤੇ ਹੋਰ ਜਿੰਨੇ ਵੀ ਹੈ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਧੰਨਵਾਦ ਜੀ।